ਦ ਸਟੈਲਰ ਨਿਊਜ਼ ਦੇ 10ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਬੰਜਰਬਾਗ ਚੌਂਕ ਹੁਸ਼ਿਆਰਪੁਰ ਵਿਖੇ ਸਥਿਤ ਟਿੱਬੜੇ ਵਾਲਾ ਫਾਰਮ ਦੇ MD ਸੇਠ ਨਵਦੀਪ ਕੁਮਾਰ ਅਗਰਵਾਲ ਅਤੇ CEO ਰਾਹੁਲ ਅਗਰਵਾਲ ਵੱਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਫਾਰਮ ਦੇ CEO ਰਾਹੁਲ ਅਗਰਵਾਲ ਵੀ ਮੌਜੂਦ ਸਨ। ਸਮਾਗਮ ਵਿੱਚ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਡਾਕਟਰ ਕੁਲਦੀਪ ਨੰਦਾ, ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਲਤਾ ਸੈਣੀ, ਕੋਆਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਬੋਬੀ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਵਾਰਡ ਨੰਬਰ 2 ਦੇ MC ਐਡਵੋਕੇਟ ਲਵਕੇਸ਼ ਔਰੀ, ਹਰੀਸ਼ ਅਨੰਤ, ਚੇਤਨ ਸੂਦ, ਠਾਕੁਰ ਮੱਖਣ ਸਿੰਘ, ਹੈਪੀ ਕਲੇਰ, ਲੱਕੀ ਮਰਵਾਹਾ, ਸੰਦੀਪ ਨੰਦਾ, ਲੱਕੀ ਗੌਰਵ ਗੋਰਾ, ਧੀਰਜ ਸ਼ਰਮਾ, ਸੁਖਵਿੰਦਰ ਕੁੰਨੀ, ਸੁਵਨ ਮਰਵਾਹਾ ਤੋਂ ਇਲਾਵਾ ਹੋਰ ਨੇਪਤਵੰਤੇ ਸੱਜਣਾਂ ਨੇ ਇਸ ਖੁਸ਼ੀ ਦੇ ਮੌਕੇ ਦੇ ਪਲ ਸਾਂਝੇ ਕੀਤੇ। ਇਸ ਮੌਕੇ ਤੇ ਮੰਤਰੀ ਜਿੰਪਾ ਨੇ ਮੁੱਖ ਸੰਪਾਦਕ ਸੰਦੀਪ ਗੋਗਰਾ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਸੱਚੀ ਪੱਤਰਕਾਰਤਾ ਨੂੰ ਜ਼ਿੰਦਾ ਰੱਖਣਾ ਬਹੁਤ ਹੀ ਜ਼ਰੂਰੀ ਹੈ ਅਤੇ ਦ ਸਟੈਲਰ ਨਿਊਜ਼ ਆਪਣੇ ਇਸ ਫਰਜ਼ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾ ਰਿਹਾ ਹੈ। ਇਸ ਦੌਰਾਨ ਸੰਦੀਪ ਗੋਗਰਾ ਨੇ ਸਾਰੇ ਮਹਿਮਾਨਾਂ ਅਤੇ ਖਾਸ ਤੌਰ 'ਤੇ ਸੇਠ ਨਵਦੀਪ ਅਗਰਵਾਲ ਅਤੇ ਰਾਹੁਲ ਅਗਰਵਾਲ ਦਾ ਧੰਨਵਾਦ ਕੀਤਾ। ਦ ਸਟੈਲਰ ਨਿਊਜ਼ ਦੀ ਰਿਪੋਰਟ। ਬਹੁਤ ਹੀ ਮੁਬਾਰਕਾਂ ਵਾਲਾ ਦਿਨ ਹੈ ਕਿ ਸਟੈਲਰ ਨਿਊਜ਼ ਦੇ 10 ਸਾਲ ਪੂਰੇ ਹੋਏ ਔਰ 10 ਸਾਲ ਦੇ ਵਿੱਚ ਮੈਂ ਕਹਿ ਸਕਦਾ ਸੰਦੀਪ ਡੋਗਰਾ ਜੀ ਔਰ ਇਹਨਾਂ ਦੇ ਸਾਥੀਆਂ ਨੇ ਸਾਰਿਆਂ ਨੇ ਸ਼ਹਿਰ ਦੇ ਵਿੱਚ ਪੱਤਰਕਾਰਤਾ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇੱਕ ਇੱਦਾਂ ਦਾ ਨਾਮ ਬਣਾਇਆ ਜਿੱਥੇ ਲੋਕ ਯਕੀਨ ਕਰਦੇ ਆ। ਸਵਾਲ ਇਹ ਹੈ ਵੀ ਲੋਕਾਂ ਦਾ ਉਸ ਹਾਊਸ 'ਤੇ ਮੀਡੀਆ ਹਾਊਸ 'ਤੇ ਯਕੀਨ ਵੀ ਹੋਣਾ ਚਾਹੀਦਾ ਵੀ ਇਹ ਖਬਰ ਚਾਹੇ ਦੇਖੋ ਹਰੇਕ ਆਦਮੀ ਦਾ ਅਨੈਲਿਸਿਸ ਹੋਣਾ ਚਾਹੀਦਾ, ਹਰੇਕ ਪਾਰਟੀ ਦਾ ਅਨੈਲਿਸਿਸ ਹੋਣਾ ਚਾਹੀਦਾ, ਪਰ ਠੀਕ ਹੋਣਾ ਚਾਹੀਦਾ, ਇੱਕੋ ਗੱਲ ਹੈ। ਸੋ ਮੈਂ ਇਸ ਗੱਲ ਨੂੰ ਸਟੈਲਰ ਨਿਊਜ਼ ਨੂੰ ਮੁਬਾਰਕਬਾਦ ਦਿੰਦਾ ਪੂਰੇ ਹੁਸ਼ਿਆਰਪੁਰ ਵੱਲੋਂ ਔਰ ਲੋਕ ਮੇਰੇ ਲਿਹਾਜ਼ ਨਾਲ ਵੀ ਸਟੈਲਰ ਨਿਊਜ਼ ਦੀ ਖਬਰ ਦੀ ਵੇਟ ਕਰ ਦਿੰਦੇ ਵੀ ਸਟੈਲਰ ਨਿਊਜ਼ 'ਤੇ ਬੜੀ ਹੈ। ਸੋ ਮੈਂ ਬਹੁਤ ਬਹੁਤ ਸਾਰੇ ਡੋਗਰਾ ਪਰਿਵਾਰ ਨੂੰ ਮੁਬਾਰਕਾਂ ਦਿੰਦਾ ਔਰ ਇਹਨਾਂ ਨੇ ਇੱਕ ਬੜੀ ਮਿਹਨਤ ਕੀਤੀ ਹੈ। ਦੇਖੋ ਕਿਸੇ ਵੀ ਫੀਲਡ 'ਚ ਜਾ ਕੇ ਨਾਮ ਬਣਾਉਣ ਦੇ ਵਿੱਚ ਓਨੈਸਟਲੀ ਆਪਣਾ ਇੱਕ ਜਿਹਨੂੰ ਕਹਿੰਦੇ ਮਿਹਨਤ ਕਰਨੀ ਔਰ ਸੰਦੀਪ ਡੋਗਰਾ ਜੀ ਵਿੱਚ ਕਾਮਯਾਬ ਰਹੇ ਆ। ਮੇਰੇ ਨਾਲ ਸ਼ਹਿਰ ਦੇ ਮੌਜੂਦਾ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਜੀ ਔਰ ਭੈਣ ਪ੍ਰਵੀਨ ਸੈਣੀ ਜੀ, ਸੀਨੀਅਰ ਡਿਪਟੀ ਮੇਅਰ ਹੈ, ਚੇਅਰਮੈਨ ਵਿਕਰਮ ਸ਼ਰਮਾ ਬੋਬੀ ਜੀ, ਕੋਆਪਰੇਟਿਵ ਬੈਂਕਾਂ ਦੇ, ਸੋ ਅਗਰਵਾਲ ਸਾਹਿਬ, ਬਹੁਤ ਬਹੁਤ ਸਾਰਾ ਹੀ ਪਰਿਵਾਰ ਇਕੱਠਾ ਹੈ। ਸਾਡਾ ਖੂਬਸੂਰਤ ਸ਼ਹਿਰ ਹੈ, ਹਰੇਕ ਆਦਮੀ ਹਰੇਕ ਨੂੰ ਜਾਣਦਾ ਆ ਔਰ ਅੱਛੇ ਢੰਗ ਨਾਲ ਜਾਣਦਾ, ਬਸ ਇਹੀ ਮਿਲਣ ਵਰਤਨ ਸਭ ਦਾ ਰਹੇ। ਇਹੀ ਮੈਂ ਕਹਿੰਦਾ ਵੀ ਸਟੈਲਰ ਨਿਊਜ਼ ਹੋਰ ਵੀ ਵੱਡੀਆਂ ਮੰਜ਼ਲਾਂ ਜਿਹੜੀਆਂ ਸਾਰੀਆਂ ਤੈਅ ਕਰੇਗਾ ਔਰ ਪੰਜਾਬ ਸਰਕਾਰ ਵੱਲੋਂ ਵੀ ਇਹਨਾਂ ਨੂੰ ਮੁਬਾਰਕਬਾਦ। ਬਹੁਤ ਬਹੁਤ ਸ਼ੁਕਰੀਆ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.